distância não são importantes. योगी जी से शेर ने लिखा है, मां जहां कल छावा बूटा, मामा ठंडियां छावा, छावा कौन करे। आज असी उस माता नूं, आज असी उस महान माता कर्म कौर जी नूं श्रद्धा दे फुल भेंट करन वास्ते इकट्ठे होए हां। ਸਾਥੀਓ, ਮੈਨੂੰ ਇੱਕ ਸਾਡੇ ਧੰਨ ਬਾਬਾ ਵਿਸ਼ਵਕਰਮਾ ਮਹਾਰਾਜ ਜੀ ਦੇ ਮੰਦਰ ਦੇ ਵਿੱਚ ਵਿਰਾਜਮਾਨ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਮਾਤਾ ਕਰਮ ਕੌਰ ਜੀ ਦੇ ਨੂੰ ਸ਼ਰਧਾ ਦੇ ਸੁਮਨ ਭੇਂਟ ਕਰਦਿਆਂ ਪਤੇ ਕਬੂਲ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਕੋਈ ਗੱਲ ਨਹੀਂ, ਮਾਰਿਸ਼ ਵਾਲੀ ਜ਼ਿੰਦਗੀ ਲੱਗਦੀ ਆ, ਟੈਂਸ਼ਨ ਇੱਕ ਬਹੁਤ ਹੋ ਜਾਂਦੀ। ਐਮ ਐਲ ਸਾਹਿਬ, ਮੇਰੇ ਤੋਂ ਪਹਿਲਾਂ ਬੁਲਾਰੇ ਬਹੁਤ ਬੋਲਦੇ ਗਏ ਹੈ, ਕਿਉਂਕਿ ਸਾਰੇ ਬੁੱਧੀਜੀਵੀ ਹੈ। ਤੁਸੀਂ ਸਾਡੇ ਸਮਾਜ ਦੇ ਇੱਕ ਐਜੂਕੇਟਡ ਨੁਮਾਇੰਦੇ ਹੈ, ਤੁਸੀਂ ਦੋ ਵਾਰ ਐਮ ਐਲ ਏ ਬਣੇ ਆ। ਸਾਡੇ ਸਮਾਜ ਦਾ ਤਾਂ ਸਰਪੰਚ ਪੰਚ ਬਣਦਾ, ਕਰਨ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਰੱਖੇ ਹੋਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੇ ਮੌਕੇ 'ਤੇ ਇਕੱਠੇ ਹੋਏ ਹਾਂ। ਮਾਤਾ ਜੀ ਇੱਕ ਬੜੇ ਚੰਗੇ ਅਤੇ ਨੇਕ ਖਿਆਲਾਂ ਵਾਲੇ ਸਨ, ਪਰ ਇੰਨਾ ਹੀ ਕਹਿੰਦਾ ਮੈਂ ਆਪਣੇ ਪਰਿਵਾਰ ਨੂੰ, ਤੁਹਾਨੂੰ ਸਾਰਿਆਂ ਨੂੰ ਫਿਰ ਤੁਹਾਡਾ ਜੀਆਂ ਵੀ ਆਖਦਾ, ਤੁਹਾਡਾ ਧੰਨਵਾਦ ਵੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਪੰਥ। Thank you.
Thank you.
ਕਹਿੰਦੇ ਵੀ ਜਿੰਨੀ ਨਾਮ ਧਿਆ, ਨਾਮ ਦੀ ਮਹਿਮਾ ਸਾਰੀ, ਕਹਿੰਦੇ ਜਿੰਨੀ ਨਾਮ ਧਿਆਇਆ ਗਏ ਸਤਿਕਾਰ ਨਾਨਕ ਦੇ ਮੁੱਖ ਉਜਲੇ ਇੱਥੇ ਛੁੱਟੀ ਨਾਲ, ਕਹਿੰਦੇ ਉਹਦੇ ਇੱਥੇ ਵੀ ਮੁੱਖ ਉਜਲਾ ਤੇ ਅਗਲੇ ਪਰਮਾਤਮਾ ਦੇ ਰਾਹ ਦੇ ਵਿੱਚ ਉਹਦਾ ਮੁੱਖ ਉਜਲਾ ਹੁੰਦਾ ਹੈ। ਥਾਨ ਸੁਭਾਵ ਪਵਿੱਤਰ, ਕਹਿੰਦੇ ਕੋਈ ਜਗ੍ਹਾ ਪਵਿੱਤਰ ਭਾਗ ਵਾਲੀ ਕਿਹੜੀ ਹੈ, ਜਿੱਥੇ ਸੰਤ ਸੁਭਾਅ, ਜਿੱਥੇ ਸੰਤ ਜਨ ਮੈਲ ਬੈਠ ਕੇ ਪਰਮੇਸ਼ਵਰ ਦੀ ਗੱਲ ਸੁਣਦੇ ਹਨ, ਕਰਦੇ ਹਨ, ਜਿਹੜੀ ਕਥਾ ਕਥਾ ਕੀਰਤਨ ਕੀਤੀ ਜਾਂਦੀ ਹੈ। ਥਾਨ ਸੁਭਾਵ ਪਵਿੱਤਰ ਹੈ ਜਿੱਥੇ ਸੰਤ ਸੁਭਾਅ, ਕਹਿੰਦੇ ਢੋਈ ਕਿਸ ਹੀ ਨੂੰ ਮਿਲਿਆ ਜਿਹਨੇ ਪੂਰਾ ਮੁੱਲ ਲੱਭਾ, ਕਹਿੰਦੇ ਨਾਂ ਚ ਬੰਦਾ ਘਰ ਧਰਮ ਜਿੱਥੇ ਮਿਰਤਨ ਜਨਮ ਜਲ ਗਿਆ, ਕਹਿੰਦੇ ਪਰਮੇਸ਼ਵਰ ਦੀ ਸਤਸੰਗ ਜੋ ਕਰਦਾ ਹੈ ਉਹ ਜਨਮ ਮਰਨ ਤੋਂ ਉਹ ਕਹਿੰਦੇ ਫਿਰ ਰਹਿਤ ਹੋ ਜਾਂਦਾ ਹੈ, ਉਹਨੂੰ ਆਵਾ ਗਾਉਣ ਦੇ ਚੱਕਰ ਤੋਂ ਪਰਮੇਸ਼ਵਰ ਆਪੂਤ ਕਰਾਉਂਦਾ ਹੈ। ਕਹਿੰਦੇ ਸਫਲ ਮੂਰਤ ਸਫਲ ਆਕੜੀ, ਕਹਿੰਦੇ ਸਫਲ ਜਿਹੜੇ ਹਨ ਕਿਹੜੇ, ਸਫਲ ਉਹ ਘੜੀਆਂ ਕਿਹੜੀਆਂ ਹਨ, ਸਫਲ ਮੂਰਤ ਸਫਲ ਆਕੜੀ ਜਿੱਤ ਸੱਚੇ ਨਾਲ ਪਿਆਰ, ਜਿਵੇਂ ਆਪ ਸਾਰੀਆਂ ਸੰਗਤਾਂ ਰਲ ਮਿਲ ਕੇ ਸਾਰੀਆਂ ਸੰਗਤਾਂ ਰਲ ਮਿਲ ਕੇ ਕਹਿੰਦੇ ਸਫਲ ਮੂਰਤ ਸਫਲ ਆਕੜੀ ਕਿਹੜੀਆਂ ਕਿਹੜੀਆਂ ਸਵਾਲ ਨੇ, ਜਿੱਤ ਸੱਚੇ ਨਾਲ ਪਿਆਰ, ਜਿਵੇਂ ਆਪ ਸਾਰੀਆਂ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕੇ ਸੱਚੇ ਨਾਲ ਪ੍ਰੇਮ ਦੀ ਡੋਰੀ ਪਾ ਕੇ ਬੈਠੇ ਹਨ। ਸਫਲ ਮੂਰਤ ਸਫਲ ਆਕੜੀ ਜਿੱਤ ਸੱਚੇ ਨਾਲ ਪਿਆਰ, ਇਹਦਾ ਫਰਕ ਹੀ ਮਿਲਦਾ ਹੈ ਪਰਮੇਸ਼ਰ ਨਾਲ। ਦੁੱਖ ਸੰਤਾਪ ਨਾ ਲੱਗੇ, ਕਹਿੰਦੇ ਮੈਨੂੰ ਦੁੱਖ ਸੰਤਾਪ ਕੋਈ ਲੱਗੇ ਲਾਗੇ ਨਹੀਂ ਆਉਂਦਾ, ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਉਧਾਰਾ, ਜਿਹਨੇ ਹਰੇ ਦੇ ਪਰਮੇਸ਼ਰ ਨਾਮ ਆਓ ਪਾਸਾ ਲਿਆ ਹੈ। ਫਿਰ ਕਹਿੰਦੇ ਬਾਹਾਂ ਪਕੜ ਕੋ ਕਾਢਿਆ, ਪਰਮੇਸ਼ਰ ਆਪਣੀ ਸੇਵਕ ਦੀ ਆਪਣੀ ਕਹਿੰਦੇ ਬਾਹਾਂ ਫੜ ਕੇ ਬਾਹਾਂ ਪਕੜ ਕਾਢਿਆ ਸੋਈ ਉਤਰਿਆ ਬਾਹਰ, ਕਹਿੰਦੇ ਪਰਮੇਸ਼ਰ ਦੀ ਬਾਹਾਂ ਫੜ ਕੇ ਉਹਦਾ ਭਾਵ ਕਰ ਦਿੰਦਾ ਹੈ ਤੇ ਆਓ ਬੜੇ ਪਿਆਰੇ ਸ਼ਬਦਾਂ ਦਾ ਅਨੁਸਰਣ ਕਰੀਏ। ਜਿਉਂ ਜਿਉਂ ਤੇਰਾ ਹੁਕਮ ਹੋ ਤੇ ਮੈਂ ਤੈਨੂੰ ਹੋਵਣਾ, ਜਹਿ ਜਹਿ ਰੱਖੇ ਆਪ ਤਹਿ ਜਾਏ ਖੜੋਣਾ। ਮੇਰੇ ਵੀਰ ਜੀ ਮੇਰੀ ਥੋੜ੍ਹੀ ਵਾਰ ਘੱਟ ਕਰੋ, ਮੇਰੀ ਥੋੜ੍ਹੀ ਘੱਟ ਕਰੋ। ਜਿਉਂ ਜਿਉਂ ਤੇਰਾ ਹੁਕਮ ਤੇ
ਜ਼ਿੰਦਗੀ ਵਿੱਚ ਇੰਨਾ ਸੰਘਰਸ਼ ਕਰਕੇ ਅਤੇ ਆਪਣੇ ਬੱਚਿਆਂ ਨੂੰ ਐਸੀ ਸਿੱਖਿਆ ਦੇ ਕੇ ਅਤੇ ਅੱਜ ਉਹਨਾਂ ਨੇ ਦੁਨੀਆਂ 'ਤੇ ਨਾਮ ਕਮਾਇਆ ਹੈ ਉਹ ਆਪ ਜੀ ਸਾਹਮਣੇ ਹੈ ਸਾਡੇ MLA ਸਾਹਿਬ ਸ਼੍ਰੀ ਹਰਗੋਪਾਲ ਜੀ ਜੋ ਕਿ ਇਹਨਾਂ ਨੇ ਸਮਾਜ ਸੇਵਾ ਦੁਨੀਆਂ ਦੀ ਸੇਵਾ ਸਾਰੀ ਜ਼ਿੰਦਗੀ ਆਪਣੀ ਇਸ ਸੇਵਾ 'ਚ ਕੱਢ ਰਹੇ ਨੇ ਐਸੇ ਪਰਿਵਾਰ ਸਾਡੀ ਮਾਤਾ ਐਸੀ ਕਰਮ ਕੌਰ ਐਸੇ ਪਰਿਵਾਰ ਧੰਨ ਹਨ ਜਿਹਨਾਂ ਨੇ ਐਸੀ ਵਧੀਆ ਸਿੱਖਿਆਵਾਂ ਦੇ ਕੇ ਅਤੇ ਸਾਨੂੰ ਇੰਨਾ ਸੇਧ ਮਿਲਦੀ ਹੈ ਕਿ ਅਸੀਂ ਇਹਨਾਂ ਕੁਝ ਕੁਝ ਸਿੱਖਣਾ ਹਨ ਅਤੇ ਇੱਕ ਬੱਚੀ ਜਨਮ ਲੈ ਕੇ ਜਦੋਂ ਉਹਦਾ ਬਾਲਕ ਲੱਭਿਆ ਜਾਂਦਾ ਹੈ ਵਿਆਹਿਆ ਜਾਂਦਾ ਹੈ ਉਸ ਤੋਂ ਉਪਰੰਤ ਅਗਲੇ ਘਰ ਦੇ ਵਿੱਚ ਕਿੰਨਾ ਉਹ ਸੰਘਰਸ਼ ਕਰਦੀ ਹੈ ਕਦੇ ਕਿਸੇ ਦੀ ਮਾਸੀ ਚਾਚੀ ਤਾਈ ਭਰਜਾਈ ਕਿਸੇ ਘਰ ਦਾ ਸ਼ਿੰਗਾਰ ਬਣਦਾ ਹੈ ਉਹ ਕਈ ਕਿਰਦਾਰ ਬਣਾਉਂਦੀ ਹੈ ਇਹ ਸਭ ਤੋਂ ਵੱਡੀ ਘਟਨਾ ਇੱਕ ਸਾਡੀਆਂ ਮਾਤਾਵਾਂ ਭੈਣਾਂ ਦੀ ਦੋ ਮਿੰਟ ਬੜਾ ਮਿਲਿਆ
ਭਜਨ ਹਰ ਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜੀ ਮਿੱਠੇ ਸਾਹਿਬ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਗੁਰੂ
परिवार एम एल ए साहब का जिधर के
ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਰਸਤ ਦੇ ਵਿੱਚ ਮਾਤਾ ਕਰਨ ਕੌਰ ਜੀ ਦਾ ਜੋ ਕੁਝ ਦਿਨ ਪਹਿਲਾਂ ਸੰਸਾਰ ਨੂੰ ਛੱਡ ਕੇ ਸਵਰਗ ਵਿੱਚ ਪਹੁੰਚ ਗਏ ਹਨ। ਸੋ ਇਹ ਜਿਹੜਾ ਵੀ ਸਾਨੂੰ ਮਨੁੱਖੀ ਸਰੀਰ ਮਿਲਦਾ ਹੈ ਜਨਮ ਦੇ ਨਾਲ ਹੀ ਮੌਤ ਨਿਸ਼ਚਿਤ ਹੈ। ਸੋ ਮਾਤਾ ਕਰਨ ਕੌਰ ਜੀ ਦਾ ਪੂਰਵ ਜਨਮ ਦੇ ਅੱਛੇ ਕਰਮਾਂ ਦੇ ਨਾਲ ਹੀ ਉਹਨਾਂ ਨੂੰ ਜਨਮ ਹੋਇਆ। ਰੁੜਕੀ ਬੋਗਾਂ ਦੇ ਵਿੱਚ ਜੋ ਉਹਨਾਂ ਦੇ ਪਿੰਡ ਦੀ ਸਰਪੰਚੀ ਕੀਤੀ, ਇਸ ਮਾਤਾ ਨੂੰ ਬਹੁਤ ਸਵਾਲ ਪ੍ਰਾਪਤ ਹੋਇਆ। MLA ਹਰਿਪਾਲ ਜੀ ਦਾ ਹਰੇਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ, ਮੇਰੀ ਔਲਾਦ ਮੈਂ ਤੋਂ ਵੀ ਸਾਰੇ ਸੁੱਖ ਦੁਨੀਆਂ ਦੇ ਮੇਰੀ ਔਲਾਦ ਨੂੰ ਮਿਲਣ। ਸੋ ਉਹ ਸੁੱਖ ਮਾਤਾ ਕਰਨ ਕੌਰ ਨੂੰ ਨਸੀਬ ਹੋਏ। ਉਹਨਾਂ ਨੂੰ MLA ਦੀ ਮਾਤਾ ਹੋਣ ਦਾ ਸਵਾਲ ਪ੍ਰਾਪਤ ਹੋਇਆ ਹੈ। ਅੱਛੇ ਕਰਮਾਂ ਦਾ ਪੂਰਵ ਜਪਦੇ ਹੋਏ ਅੱਛੇ ਕਰ ਸਕੇ, ਇੱਥੇ ਹੀ ਰਹਿ ਕੇ ਉਹਨਾਂ ਨੇ ਨਗਰ ਦੀ ਸਮਾਜ ਦੀ ਸੇਵਾ ਕੀਤੀ ਹੈ। ਸਭ ਤੋਂ ਬੜੀ ਫਿਰ ਜੁੜੀ ਜ਼ਿੰਮੇਵਾਰੀ ਹਰਪਾਲ ਸਿੰਘ ਜੀ ਨੂੰ ਇਲਾਕੇ ਦੀ ਬਲਾਧੌਰ ਇਲਾਕੇ ਦੇ MLA ਬਣੇ। ਸੋ ਇਹਨਾਂ ਦਾ ਜਿਹੜਾ ਵੀ ਰਾਜਨੀਤਿਕ ਸਫ਼ਰ ਰਿਹਾ ਹੈ ਬਹੁਤ ਹੀ ਵਧੀਆ। ਜੋ ਇਹਨਾਂ ਦਾ ਸੁਭਾਅ ਹੈ ਉਹ ਸਭ ਮਾਤਾ ਜੀ ਦੇ ਉਹਨਾਂ ਦੇ ਜੋ ਇਹਨਾਂ ਨੂੰ ਸੰਸਕਾਰ ਦਿੱਤੇ ਉਹਦੇ ਮੁਤਾਬਕ ਮਿੱਠ ਬੋਲਣੇ, ਹਰੇਕ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ। ਸੋ ਇਹ ਜਿਹੜੇ ਗੁਣ ਹਨ ਇਹ ਵੀ ਮਾਤਾ ਜੀ ਦੇ ਸਾਧਸੰਗ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮਾਤਾ ਕਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਆਏ ਹਾਂ। ਜਿਹੜੇ ਸਾਨੂੰ ਪਿਛਲੀ 19 ਤਰੀਕ ਨੂੰ ਸਦੀਵੀ ਵਿਛੋੜਾ ਦੇ ਗਏ ਸੀ, ਜਿਨ੍ਹਾਂ ਦੇ ਜਾਣ ਦੇ ਨਾਲ ਜਿੱਥੇ MLA ਸਾਹਿਬ ਦੇ ਪਰਿਵਾਰ ਨੂੰ ਘਾਟਾ ਪਿਆ, ਉੱਥੇ ਉਸ ਸਮਾਜ ਨੂੰ ਵੀ ਘਾਟਾ ਪਿਆ ਜਿਹੜਾ ਨਹੀਂ ਪੂਰਿਆ ਜਾ ਸਕਦਾ। ਮਾਂ ਦਾ ਰਿਸ਼ਤਾ ਇੱਕ ਉਹ ਭੁਗਤਦਾ ਰਿਸ਼ਤਾ ਜਿਹੜਾ ਬੰਦੇ ਦੇ ਜੰਮਣ ਤੋਂ ਪਹਿਲਾਂ ਹੁੰਦਾ, ਅਤੇ ਬਾਕੀ ਸਾਰੇ ਰਿਸ਼ਤੇ ਬੰਦਾ ਜਦੋਂ ਜੰਮਦਾ ਉਦੋਂ ਹੀ ਬਣਦੇ ਆ, ਚਾਹੇ ਉਹ ਮਾਮਾ ਹੋਵੇ, ਚਾਹੇ ਚਾਚਾ ਹੋਵੇ, ਚਾਹੇ ਤਾਇਆ, ਜੋ ਵੀ ਰਿਸ਼ਤਾ ਹੁੰਦਾ ਉਹ ਬਾਅਦ ਹੁੰਦਾ, ਅਤੇ ਮਾਂ ਦਾ ਇੱਕੋ ਹੀ ਰਿਸ਼ਤਾ ਹੁੰਦਾ ਜਿਹੜਾ ਉਹ ਜੰਮਣ ਤੋਂ ਵੀ ਪਹਿਲਾਂ ਹੁੰਦਾ। ਮੌਤ ਅਤੇ ਜ਼ਿੰਦਗੀ ਦਾ ਇੱਕ ਇਲੈਕਟ੍ਰੀਕਲ ਰਿਸ਼ਤਾ ਆ। ਮੌਤ ਜ਼ਿੰਦਗੀ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਜ਼ਿੰਦਗੀ ਮੌਤ ਦੇ ਸੰਘਰਸ਼ੀਲ ਹੈ। ਬਾਣੀ 'ਚ ਵੀ ਦੱਸਿਆ ਵੀ ਜੋ ਉਪਜਿਆ ਸੋ ਫਿਰਸ ਹੈ, ਜਿਹੜੀ ਚੀਜ਼ ਪੈਦਾ ਹੋਈ ਆ ਉਹ ਇੱਕ ਦਿਨ ਜਾਣਾ ਹੀ ਪੈਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 73ਵੀਂ ਦੇ ਵਿੱਚ ਬੜੇ ਉਦਾਸ ਮਨ ਦੇ ਨਾਲ ਜੋ ਬੈਠੀ ਸੀ ਸਾਧਸੰਗ ਜੀ, ਅੱਜ ਆਪਾਂ ਮਾਤਾ ਕਰਨ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਜਦੋਂ ਅਸੀਂ ਮਾਤਾ ਕਰਨ ਕੌਰ ਜੀ ਦਾ ਜੀਵਨ ਸੰਘਰਸ਼ ਪੜ੍ਹਦੇ ਜਾਂ ਸੁਣਦੇ ਹਾਂ ਜਾਂ ਸਾਡੇ ਵਿੱਚੋਂ ਵਿਚਰੇ ਹਨ ਤਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਉਹਨਾਂ ਤੋਂ ਸਿੱਖਣ ਨੂੰ ਮੌਕਾ ਮਿਲਿਆ, ਕਿਉਂਕਿ ਮਾਤਾ ਕਰਨ ਕੌਰ ਸਾਡੇ ਬਾਲਾ ਚੌਕ ਸਿੰਘ ਦੇ ਵਿੱਚ ਰੁੜਕੀ ਮੁਗਲਾਂ ਤੋਂ ਹੀ ਹਨ। ਮੈਂ ਵੀ ਗਰਾਊਂਡ ਤੋਂ ਬਾਲਾ ਚੌਕ ਹੀ ਕਰਦਾ, ਥੋੜ੍ਹੇ ਚਿਰ ਤੋਂ ਨਵਾਂ ਸ਼ਹਿਰ ਲੈ ਸਕੀ ਹੈ। ਔਰ ਇਹ ਜਿਹੜਾ ਪਰਿਵਾਰ ਹੈ ਗੱਡੂ ਪਰਿਵਾਰ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਪਰਿਵਾਰ ਹੈ, ਸਤਿਗੁਰੂ ਰਵਿਦਾਸ ਜੀ ਨੂੰ ਮੰਨਣ ਵਾਲਾ ਪਰਿਵਾਰ ਹੈ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਅੱਗੇ ਲਿਜਾਉਣ ਵਾਲਾ ਪਰਿਵਾਰ ਹੈ, ਸਾਹਿਬ ਸ਼੍ਰੀ ਅਕਾਲ ਸ਼੍ਰੀ ਰਾਮ ਦਾ ਅਯੋਲਨ ਅੰਦੋਲਨ, ਸਮਾਜਿਕ ਪਰਿਵਰਤਨ ਆਰਥਿਕ ਮੁਕਤੀ ਅੰਦੋਲਨ ਨੂੰ ਅੱਗੇ ਲਿਜਾਣ ਵਾਲਾ ਪਰਿਵਾਰ ਹੈ। ਤੋ ਇਹੋ ਜਿਹੀਆਂ ਸ਼ਖਸੀਅਤਾਂ ਜਦੋਂ ਸਾਡੇ ਸਮਾਜ ਦੇ ਵਿੱਚੋਂ ਚਲੇ ਜਾਂਦੀਆਂ ਹਨ ਤਾਂ ਸਾਨੂੰ ਉਹ ਨਾ ਪੂਰਾ ਹੋਣ ਵਾਲਾ ਘਾਟਾ। ਔਰ ਮਾਤਾ ਕਰਨ ਕੌਰ ਵੀ ਅੱਜ ਸਾਡੇ ਵਿੱਚ ਨਹੀਂ ਹੈ, ਔਰ ਜਿੱਥੇ ਇਸ ਪਰਿਵਾਰ ਨੂੰ ਘਾਟਾ ਉੱਥੇ ਪੂਰੇ ਸਮਾਜ ਨੂੰ, ਇਸ ਇਲਾਕੇ ਨੂੰ ਘਾਟਾ। ਔਰ ਅੱਜ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਡੇ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਜਥੇ ਦੇ ਅਹੁਦੇਦਾਰ ਆਏ ਹੋਏ। ਸਾਨੂੰ ਇੱਥੋਂ ਪਤਾ ਲੱਗਦਾ ਵੀ ਮਾਤਾ ਕਰਨ ਕੌਰ ਉਹਨਾਂ ਨੇ ਚੰਗੇ ਕੰਮ ਕੀਤੇ ਹਨ, ਆਪਣੀ
जिंदगी दे विच है, क्योंकि श्री गुरु ग्रंथ साहब दे विच लिखिया है और कीर्तन जत्थे वालों भी बहुत सारा बरा भाई सानू कीर्तन राही समझाया कि जदों इंसान इस दुनिया पर आना तो उन्हें एक दिन जाना। तो ग्रंथ साहब दे विच लिखिया है, जो दिन आया सो दिन जाई, करना कूच रहन करनाई, जिहड़ा भी इंसान इत्थे आया उन्हें एक दिन जाना। पर जन्म और मौत के समय के दौरान सतगुरु विश्वकर्मा जी के पवित्र स्थान पर बराबरी, आजादी, भाईचारा ते इंसाफ की बाणी नूं सिमरन कर रहे माता करम कौर सबका सरपंच की अंतम अरदास मौके विराजमान गुरु प्यारे साध संगत जी, अज माता करम कौर जिहड़े साडे विचों सदा लई चले गए ने, एक थ्योरी जिहदा बार बार प्रचार होया कि सानू ये भाणा मन लेना चाहिए, पर एक दूसरी थ्योरी है जी ये कहती है कि भाणा ही नहीं मनना चाहिए, जेड़ा कार्य जिस जेड़ा भी व्यक्ति इस दुनिया के विचों जाता जेड़ा वो चंगा कार्य करके जाता, जे असी उस कार्य नूं अगे वधाउंदे विच अपना योगदान पाउंदे आ तां इह उहनां नूं सच्ची श्रद्धांजलि हो सकदी, क्योंकि माता करम कौर जी जिहड़े पिंड दे सरपंच रहे, जिन्हां ने अपने परिवार विच उस विचारधारा नूं समर्पित लोक उस विचारधारा नूं समर्पित अपने बच्चे तैयार कीते, जिहड़ी विचारधारा बाबा साहब डॉक्टर भीमराव अंबेडकर जिहड़ी बराबरी, आजादी, भाईचारा ते इंसाफ ते आधारित आ, उही विचारधारा गुरु ग्रंथ साहिब दे विच लिखी होई आ। और उस विचारधारा नूं जदों साहब कांशी राम जी 1978 दे विच पंजाब च लै गए, श्री गुरु ग्रंथ साहिब जी दी जोत बची सत श्री जी, अज असीं बहुत ही सत्कार जो माता करम कौर जी को उन्होंने अंतम अरदास के मौके उन्होंने सड़क के फूल भेट कर लिए रखे हुए हैं, जिस तरह सू सब पता है कि जो भी चीज इस दुनिया पर आता है उन्हें एक ना एक दिन जरूर खत्म होना जाना है, एक कुदरत की अटल निजम है, अटल सच्चाई है। लेकिन माता जी का 102 साल की उम्र एक सम्मानजनक उम्र हो के जाना बड़े मान सत्कार की गल है। इस मौके मैं लगता है कि परिवार मैंबर के सके सबकियों को दुख नहीं सब तसली है कि उन्होंने माता जी की खूब सेवा की, उन्हें सांभ संभाल, बेशक आखिरी समय तक उन्हें सेहत बड़ी अच्छी रही, फिर भी क्योंकि अच्छी सांभ संभाल रही है इस करके उन्होंने इन्नी उम्र जी भोगी है। अजकल इन्नी उम्र भोगन की मिसाल नहीं मिलती, कारण यह है कि सारी जीवन शैली जी है वो बहुत बदल गई। अरदास के मौके पर इकट्ठी हुई सात संगत जी, वाहेगुरु जी का खालसा, वाहेगुरु जी की फतेह, जय भीम, जय भारत।
किसी शायर ने लिखा है, मां जहां कल छावा बूटा, मामा ठंडिया छावा, छावा कौन करे। आज असी उस माता नूं जिन्हें खुद समाज के विच इक वड्डा रुतबा हासिल किया, पिंड तो राजनीति शुरू की, अपने परिवार को बच्चों को पढ़ाया, मंजिले मकसूद ते पहुँचाया, और सब तो बड़ी पंजाब की पंचायत MLA जिहड़ी पंचायत चंडीगढ़ के विच बैठती है उसका मैंबर बनाया, एक बहुत बड़ी फखर वाली गल। मैं उस माता नूं दिल दीआं गहराइआं तों शरदा दे फुल भेंट करदा और अरदास करदा परमात्मा अगे कि परमात्मा इहो जिहियां मावां समाज दे विच पैदा कर, कि इहो जिहियां मावां बैठी साध संगत फतेह सांझी करो। वाहिगुरु जी का खालसा, श्री वाहिगुरु जी की फतेह। अज असी उस महान माता करम कौर जी को श्रद्धा के फुल भेंट करने वास्ते इकट्ठे हुए हैं। साथियों, मैनू एक साडे पंजाब के कलाकार कदी माणक ने कुछ सत्रां याद आ रही ने कि मां होंदी है मां वो दुनिया वाले हो, मां बिना कोई लाड़ लड़ा रोंदा ना चुप करा, मां है ठंडी छां वो दुनिया वाले हो। मैं समझदा कि जदों साढ़े माता जी इस दुनिया तो चले जाते तो परिवार को और बहुजन समाज को बहुत बड़ा जिहड़ा घाटा पैंदा है। सिरकार धन धन बाबा विश्वकर्मा महाराज जी के मंदिर के विराजमान, धन धन साहिब गुरु ग्रंथ साहब महाराज जी की हजूरी के माता करम कौर जी के शरदा के समान भेंट करते हैं। फतेह कबूल करो जी। वाहेगुरु जी का खालसा, वाहेगुरु जी की फतेह। जिमें कि वक् वक् बुलारिया ने माता करम कौर जी के जीवन के उत्ते काफ़ी विचार विमर्शियां कीतिया। मैं दसना चाहता कि वह मापे किन्ने महान होंगे ने जो अपने बच्चों देश कौम धर्म और समाज की सेवा लिए तैयार करते हैं, और उन्होंने फुलवाड़ी के इतने साढ़े सबका MLA सरदार हरगोपाल सिंह जी बैठे ने, उन्होंने सपुत्र, और उसके सारा श्रेय माता करम कौर जी को जाता है जिन्होंने अपने आप का राजनीति के कामयाबियां हासिल कीतियां, अपने बच्चे को अपने तो भी कामयाब बनाया, और अज भी वह बहुजन समाज पार्टी के अंदोलन दिन अगे बचाने साहब श्री कांशी राम जी के नाल चलदिया होया, अज भी भैन कुमारी मायावती जी का फोन के राही और उस महान माता करम कौर जी को असी श्रद्धा के सुमन भेंट करते हैं। मैं अपने वालों, अपनी बहुजन समाज पार्टी पंजाब वालों और भैन कुमारी मायावती जी जो साडे देश के राष्ट्रीय प्रधान ने, उन्हां वालों माता जी के चरणों के विच मैं श्रद्धा के सुमन भेंट करता, और मैं वाहेगुरु जी के चरणों में अरदास करना। माता जी की फुलवाड़ी हमेशा हसती वसती रहे, परमात्मा इन्होंने चढ़दिया कला बख्शे, और ये बहुजन समाज पार्टी और बहुजना के अंदोलन लैके इस तरह तत्पर कर रहे, और वाहेगुरु जी हमेशा चढ़दिया कला में रखे। वाहेगुरु जी का खालसा, वाहेगुरु जी की फतेह। ਸੱਚੀ ਸਾਹਿਬ ਕੋਈ ਗੱਲ ਨਹੀਂ, ਮਾਂ ਦੇ ਸਾਰੇ ਜ਼ਿੰਦਗੀ ਲੱਗਦੀ ਆ, ਕੈਂਸਰ ਇਹ ਬਹੁਤ ਹੋ ਜਾਂਦਾ। MLA ਸਾਹਿਬ ਮੇਰੇ ਤੋਂ ਪਹਿਲਾਂ ਬੁਲਾਰੇ ਬਹੁਤ ਬੋਲਦੇ ਗਏ ਇੱਥੇ, ਕਿਉਂਕਿ ਸਾਰੀ ਬੁੱਧੀ ਜੀਵੀ ਹੈ। ਤੁਸੀਂ ਸਾਡੇ ਸਮਾਜ ਦੇ ਇੱਕ ਐਜੂਕੇਟਡ ਨੁਮਾਇੰਦੇ, ਤੁਸੀਂ ਦੋ ਵਾਲੇ MLA ਬਣੇ ਆ,
ਸਾਡੇ ਸਮਾਜ ਦਾ ਤਾਂ ਸਰਪੰਚ ਪੰਚ ਬਣ ਰਿਹਾ, ਐਮਸੀ ਬਣਨਾ ਬਹੁਤ ਵੱਡੀ ਗੱਲ। ਅੱਜ ਕੱਲ੍ਹ ਮਾਂ ਦੀ ਚੱਲੀ ਆ, ਅਸੀਂ ਲੇਟ ਹੋ ਕੇ ਕਾਰ ਦੇ ਸੀ ਇੱਕ ਭੋਗ ਸਾਹਿਬ ਪਹੁੰਚੇ ਸੀ, ਉੱਥੇ ਲੇਟ ਹੋ ਕੇ ਗਏ। ਮਾਂ ਇੱਕ ਅਜਿਹਾ ਸ਼ਬਦ ਆ, ਇੱਕ ਐਸੀ ਪਵਿੱਤਰ ਆਤਮਾ ਆ ਜਿਹਨੂੰ ਅਸੀਂ ਹਰ ਵੇਲੇ ਕੋਲ ਹੋਵੇ ਨਾ ਹੋਵੇ ਅਸੀਂ ਮਹਿਸੂਸ ਕਰਦੇ ਹਾਂ। ਮਾਂ ਤੋਂ ਪਵਿੱਤਰ ਰਿਸ਼ਤਾ ਪੂਰੀ ਦੁਨੀਆਂ 'ਚ ਕੋਈ ਹੈ ਨਹੀਂ, ਚਾਹੇ ਇਨਸਾਨ ਦੀ ਗੱਲ ਆ, ਚਾਹੇ ਪਸ਼ੂ ਪਕਸ਼ੀਆਂ ਦੀ ਗੱਲ ਆ, ਚਾਹੇ ਕਿਸੇ ਪਰਿੰਦਿਆਂ ਦੀ ਗੱਲ ਆ। ਐਮਲੇ ਸਾਹਿਬ, ਮਾਂ ਹੀ ਇਨਸਾਨ ਨੂੰ ਪੈਦਾ ਕਰਦੀ ਆ, ਹਰ ਜੀਵ ਜੰਤੂ ਨੂੰ ਪੈਦਾ ਕਰਦੀ ਆ, ਉਹ ਪੈਦਾ ਹੋਣ ਤੋਂ ਬਾਅਦ ਕੀ ਕਰਦਾ ਹੈ? ਗੱਲ ਸਮਾਜ ਦੀ ਚੱਲਦੀ, ਸਮਾਜ ਦੇ ਕੰਮਾਂ ਦੀ ਚੱਲਦੀ, ਸਮਾਜ ਦੀਆਂ ਜ਼ਿੰਮੇਵਾਰੀਆਂ ਦੀ ਚੱਲਦੀ। ਸੱਚ ਗੱਲ ਇਹ ਆ, ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆਏ ਹਾਂ, ਪਾਰਟੀ ਕੋਈ ਵੀ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਮੇਰੀ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਸਾਰੇ ਮਾਤਾ ਕਨਕ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਰੱਖੇ ਹੋਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੇ ਮੌਕੇ 'ਤੇ ਇਕੱਠੇ ਹੋਏ ਹਾਂ। ਮਾਤਾ ਜੀ ਇੱਕ ਬੜੇ ਚੰਗੇ ਅਤੇ ਨੇਕ ਖਿਆਲਾਂ ਵਾਲੇ ਸਨ, ਔਰ ਕਰਮਾਂ ਵਾਲੇ ਕਿਸੇ ਪ੍ਰਾਣੀ ਨੂੰ ਇੰਨਾ ਮੌਕਾ ਮਿਲਦਾ ਹੈ। ਜਿਸ ਤਰ੍ਹਾਂ ਦੱਸਿਆ ਗਿਆ ਹੈ ਸਾਡੇ ਪਹਿਲੇ ਬੁਲਾਰਿਆਂ ਨੇ ਕਿ 102 ਸਾਲ ਉਹਨਾਂ ਦੀ ਉਮਰ ਉਹਨਾਂ ਨੇ ਭੋਗੀ ਹੈ, ਤਾਂ ਮੈਂ ਸਮਝਦਾ ਕਿ ਲੱਖਾਂ ਦੇ ਵਿੱਚੋਂ ਕਿਸੇ ਇੱਕ ਪ੍ਰਾਣੀ ਨੂੰ ਇਹਦੀ ਆਪਣੀ ਉਮਰ ਭੋਗਣ ਦਾ, ਸੰਸਾਰ ਦੇ ਵਿੱਚ ਰਹਿਣ ਦਾ ਸਮਾਂ ਮਿਲਦਾ ਹੈ। ਨਾ ਵੀ ਉਹਨਾਂ ਦਾ ਕਰਮੋ ਸੀ ਅਤੇ ਹੈ ਵੀ ਕਰਮਾਂ ਵਾਲੀ ਸੀ, ਕਰਮਾਂ ਵਾਲੇ ਨੂੰ ਨਸੀਬ ਹੁੰਦਾ ਉਹ ਜਿਹਾ ਮੌਕਾ। ਗੱਡੂ ਪਰਿਵਾਰ ਨੇ ਜੋ ਨਾਮ ਇਲਾਕੇ ਦੇ ਵਿੱਚ ਬਣਵਾਇਆ, ਮੈਂ ਸਮਝਦਾ ਕਿ ਆਪਣੇ ਬੱਚਿਆਂ ਦੀ ਦੇਖਭਾਲ, ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਤਾਂ ਹਰ ਇੱਕ ਇਨਸਾਨ ਕਰਦਾ, ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਮਾਂ ਬਾਪ ਦੀ। ਲੇਕਿਨ ਆਪਣੇ ਪਰਿਵਾਰ ਤੋਂ ਇਲਾਵਾ ਸਮਾਜ ਵਾਸਤੇ, ਇਲਾਕੇ ਵਾਸਤੇ, ਸਮਾਜ ਵਾਸਤੇ ਔਰ ਸਮੁੱਚੇ ਕੌਮ ਦੇ ਭਲੇ ਵਾਸਤੇ ਜੋ ਕੋਈ ਕਰਦਾ ਹੈ ਉਹ ਲੱਖਾਂ ਦੇ ਵਿੱਚੋਂ ਕੋਈ ਇੱਕ ਹੀ ਹੁੰਦਾ। ਨੇਤਾ ਸਾਹਿਬਾਨ, ਅਫਸਰ ਸਾਹਿਬਾਨ, ਬਹੁਤ ਸਾਰੇ ਸਮਾਜ ਦੇ ਜ਼ਿੰਮੇਵਾਰ ਸਾਥੀ, ਕਿਉਂਕਿ ਜਿਹਨਾਂ ਨੂੰ ਤੁਸੀਂ ਸਨਮਾਨ ਦੇ ਸਕੇ, ਜਾਂ ਸੈਕਟਰੀ ਸਾਹਿਬ ਮੁਹਿੰਮ ਲੈ ਸਕੇ, ਮੈਂ ਉਹਨਾਂ ਤੋਂ ਮਾਫ਼ੀ ਚਾਹਾਂਗਾ। ਸਾਡੇ ਵਿੱਚ ਹੁਣੇ ਹੁਣ ਪਹੁੰਚਿਆ ਨੇ ਐਕਸਨ ਵਿਜੇ ਕੁਮਾਰ ਜੀ ਟੈਲੀਫੋਨ ਮਹਿਕਮੇ ਤੋਂ, ਉਹਨਾਂ ਦਾ ਵੀ ਧੰਨਵਾਦ ਕਰਦਾ, ਕਿਉਂਕਿ ਜਿਹੜੇ ਸਾਥੀ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਰਿਵਾਰ ਦਾ ਬਹੁਤ ਸੌਦਾ ਆਂਡੀਅਨ ਦੀ ਪਹੁੰਚਿਆ, ਮੇਰੇ ਕੋਲ ਪੈਸੇ ਸ਼ਬਦ ਨਹੀਂ ਕਿ ਉਹਨਾਂ ਦਾ ਧੰਨਵਾਦ ਕਰ ਸਕਾਂ, ਕਿਉਂਕਿ ਜਦੋਂ ਸਮਾਜ ਦੇ ਜਿਹੜੇ ਅੰਗ ਹੈ, ਵੱਖ ਵੱਖ ਤਰ੍ਹਾਂ ਦੇ ਅੰਗ, ਉਹ ਸ਼ਰਧਾ ਦੇ ਮੌਕੇ 'ਤੇ ਹੌਸਲਾ ਦੇਣ ਲਈ ਪਹੁੰਚਣ, ਤਾਂ ਮੈਂ ਮਹਿਸੂਸ ਕਰਦਾ ਤਾਂ ਬੜੀ ਗੱਲ ਕੋਈ ਹੋ ਨਹੀਂ ਸਕਦੀ। ਇਸ ਕਰਕੇ ਮੈਂ ਆਪਣੇ ਵੱਲੋਂ ਜਿੰਨੇ ਵੀ ਸਾਰੇ ਹਾਜ਼ਰ ਸਾਥੀ ਹੈ, ਸਾਡੇ ਬਜ਼ੁਰਗ ਨੇਤਾ ਸਾਹਿਬ ਤੋਂ ਕਿਸ਼ੋਰ ਕੁਮਾਰ ਜੀ, ਉਹਨਾਂ ਨੂੰ ਵੀ ਸਮਾਂ ਦੇਣਾ ਸੀਗਾ, ਬਹੁਤ ਸਾਡੇ ਸਾਥੀ ਕਾਫੀ ਰਹਿੰਦੇ ਆ, ਜੇ ਮੈਂ ਇਕੱਲਾ ਇਕੱਲਾ ਮੌਨ ਲੈਣ ਵਾਲਾ ਡਰ ਸਮਾਂ ਲੱਗਣਾ, ਇਸ ਕਰਕੇ ਮੈਂ ਸਾਰਿਆਂ ਤੋਂ ਮਾਫ਼ੀ ਚਾਹੁੰਦਾ ਜਿਹਨਾਂ ਨੂੰ ਸਮਾਂ ਦੇ ਸਕੇ, ਕਿਉਂਕਿ ਉਹਨਾਂ ਦੀ ਹਾਜ਼ਰੀ ਆਪਣੇ ਆਪ ਪਰਮਾਤਮਾ ਨੇ ਲਾ ਲੈਣੀ ਆ। ਇਸ ਕਰਕੇ ਮੈਂ ਆਖਰੀ ਮੌਕੇ 'ਤੇ ਜਿੱਥੇ ਮੇਰੀ ਮਾਤਾ ਦੀ ਸ਼ਰਧਾ ਨੂੰ ਸ਼ਰਧਾ ਦੇਣ ਲਈ ਤੁਸੀਂ ਪਹੁੰਚੇ ਹਾਂ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ, ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਗੁਰੂ ਦਾ ਲੰਗਰ ਜਿਹੜਾ ਤਿਆਰ ਹੈ, ਸਾਰਿਆਂ ਨੇ ਬਿਲਕੁਲ ਜਿਹੜਾ ਉਹ ਲੰਗਰ ਛੱਕ ਕੇ ਜਾਣਾ, ਕਿਉਂਕਿ ਸਮੇਂ ਨੂੰ ਧਿਆਨ 'ਚ ਰੱਖਦੇ ਹਾਂ ਬੁਰਾਰੇ ਬਹੁਤ ਸਹੀ, ਪਰ ਸਾਰਿਆਂ ਨੂੰ ਸਮਾਂ ਨਹੀਂ ਦਿੱਤਾ ਜਾ ਸਕਦਾ, ਸਾਰਿਆਂ ਨੂੰ ਮੈਂ ਵਿਸਾਖੀ ਜਾਵਾਂਗਾ। ਇੰਨਾ ਹੀ ਕਹਿੰਦਾ ਮੈਂ ਆਪਣੇ ਪਰਿਵਾਰ ਤੋਂ ਤੁਹਾਨੂੰ ਸਾਰਿਆਂ ਨੂੰ ਫਿਰ ਤੁਹਾਡਾ ਜੀਆਂ ਵੀ ਆਖਦਾ, ਤੁਹਾਡਾ ਧੰਨਵਾਦ ਵੀ ਕਰਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਮਾਤਾ।